ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਕਹਾਣੀ ਦਾ ਨਾਮ ਹੈ ਚਾਚਾ, ਜਿਸ ਦੇ ਲੇਖਕ ਨੇ ਕੁਲਵੰਤ ਸਿੰਘ ਵਿਰਕ। ਚਾਚੇ ਦੀ ਉਮਰ ਤਾਂ ਭਾਵੇਂ ਸਾਡੇ ਬਾਪੂ ਕੋਲੋਂ ਵੱਡੀ ਸੀ, ਪਰ ਅਸੀਂ ਉਸਨੂੰ ਚਾਚਾ ਹੀ ਆਖਦੇ ਸਾਂ। ਕਾਰਨ ਕੌਰ ਇਹ ਸੀ ਕਿ ਉਹ ਅਜੇ ਤੀਕਰ ਕੁਆਰਾ ਹੀ ਸੀ। ਮੈਂ ਉਸਨੂੰ ਬਥੇਰਾ ਸਮਝਾਉਂਦਾ ਕਿ ਪੰਜਾਬ ਵਿੱਚ ਸਵਾਣੀਆਂ ਬੰਦਿਆਂ ਨਾਲੋਂ ਥੋੜ੍ਹੀਆਂ ਹਨ, ਇਸ ਲਈ ਸਾਰਿਆਂ ਦਾ ਵਿਆਹ ਨਹੀਂ ਹੋ ਸਕਦਾ, ਪਰ ਉਸ 'ਤੇ ਇਸ ਦਲੀਲ ਦਾ ਜ਼ਰਾ ਅਸਰ ਨਾ ਹੁੰਦਾ। ਪਿੰਡ ਦੇ ਸਾਰੇ ਬੰਦੇ ਵਿਆਹੇ ਹੋਏ ਸਨ ਅਤੇ ਹਰ ਇੱਕ ਦੇ ਘਰ ਕਈ ਕਈ ਧੀਆਂ ਅਤੇ ਨੂੰਹਾਂ ਸਨ। ਫਿਰ ਕਾਲ ਕਾਹਦਾ ਹੋਇਆ। ਚਾਚੇ ਦੀ ਭੂਆ ਨੇ ਵੀ ਫਿਰੋਜ਼ਪੁਰ ਦੇ ਜ਼ਿਲ੍ਹੇ ਵਿੱਚੋਂ ਸਾਕ ਅਤੇ ਇੱਕ ਬੁਰਿਆਰ ਕੁੜੀ ਦਾ ਲਿਆਂਦਾ ਸੀ, ਪਰ ਮਗਰੋਂ ਚਾਚਾ ਪਿੰਡ ਦੇ ਇੱਕ ਮੁੰਡੇ ਜੈਂਬੂ ਨੂੰ ਜੁੱਤੀਆਂ ਮਾਰ ਬੈਠਾ ਅਤੇ ਉਸਨੇ ਗੱਲ ਜਾ ਖੋਲ੍ਹੀ ਕਿ ਚਾਚਾ ਤਾਂ ਖੱਬੀ ਅੱਖੋਂ ਪੰਘਰਾ ਕੇ ਵਹਿੰਦਾ। ਗੱਲ ਸੱਚੀ ਸੀ, ਸੋ ਕੁੜੀ ਵਾਲੇ ਸਾਕੋ ਮੁੱਕਰ ਗਏ। ਕੰਮ ਦੇ ਚੌੜ ਕੀਤਾ ਸਹੁਰੇ ਜੈਂਬੂ ਨੇ, ਹੋਰ ਸਵਾਣੀਆਂ ਘੱਟ ਵੱਧ ਕੀ ਹੋਣੀਆਂ ਨੇ, ਚਾਚਾ ਆਖਦਾ ਹੁੰਦਾ ਸੀ। ਜੈਂਬੂ ਨੂੰ ਜੁੱਤੀਆਂ ਮਾਰਨ ਦਾ ਉਹਨੂੰ ਜ਼ਰਾ ਭਰਮ ਨਹੀਂ ਸੀ। ਜੈਂਬੂ ਨੇ ਆਪਣੇ ਸੱਜਰੇ ਵੱਢ ਵਿੱਚੋਂ ਚਾਚੇ ਦੀਆਂ ਮੱਝੀਆਂ ਨੂੰ ਸੋਟੇ ਮਾਰ ਕੇ ਬਾਹਰ ਕਰ ਦਿੱਤਾ ਸੀ ਅਤੇ ਜੇ ਚਾਚਾ ਜੈਂਬੂ ਨੂੰ ਨਾ ਮਾਰਦਾ ਤਾਂ ਮੱਝੀ ਭੁੱਖੀਆਂ ਰਹਿੰਦੀਆਂ। ਦੁਨੀਆਂ ਵਿੱਚ ਮੱਝੀ ਤੋਂ ਪਿਆਰੀ ਉਸਨੂੰ ਕੇਵਲ ਆਪਣੀ ਮਾਂ ਹੀ ਸੀ, ਜੋ 60 ਵਰ੍ਹਿਆਂ ਦੀ ਉਮਰ ਵਿੱਚ ਵੀ ਲੰਗਰ ਪਾਣੀ ਦਾ ਕੰਮ ਢੋਰੀ ਆਉਂਦੀ ਸੀ। ਉਹ ਧੰਮੀ ਵੇਲੇ ਉੱਠਦਾ ਅਤੇ ਲਿਆਰੀਆਂ ਨੂੰ ਹਵੇਲੀ ਵਿੱਚੋਂ ਬਾਹਰ ਕੱਢ ਕੇ ਪੱਠੇ ਪਾਉਂਦਾ ਅਤੇ ਫਿਰ ਸੂਰਜ ਦੀ ਟਿੱਕੀ ਨਾਲ ਚੋ ਕੇ ਪਿੱਤਲ ਦਾ ਲਿਸ਼ਕਣਾ ਦੋਣਾ ਦੁੱਧ ਦਾ ਭਰ ਕੇ ਬਿਨਾਂ ਹੱਥ ਪਾਇਆ ਸਿਰ 'ਤੇ ਧਰੀ ਧਰੀ ਮਰੱਬਿਓਂ ਕਰ ਲੈ ਆਉਂਦਾ। ਮਾਂ ਦੇ ਹੱਥਾਂ ਦੇ ਪੱਕੇ 2 ਪਰੌਂਠੇ ਖਾ ਕੇ ਅਤੇ 2-3 ਪੱਲੇ ਬੰਨ ਫਿਰ ਮਰੱਬੇ ਜਾ ਕੇ ਮੱਝੀ ਛੇੜ ਲਿਜਾਂਦਾ ਅਤੇ ਦਿਨ ਡੁੱਬੇ ਮੋੜ ਲਿਆਉਂਦਾ। ਬਹੁਤੇ ਛੇੜੂ ਮੁੰਡੇ ਮੱਝੀ ਨੂੰ ਉਸਦੀਆਂ ਵੋਟੀਆਂ ਅਤੇ ਕੱਟਿਆਂ ਨੂੰ ਉਸਦਾ ਬਾਲ ਬੱਚਾ ਆਖਦੇ ਸਨ। ਬਾਲ ਸਿਆਂ, ਤੇਰੀ ਇੱਕ ਵੋਟੀ ਅਤੇ ਮੇਰੇ ਡੰਗਰਾਂ ਦੀ ਕਿਤੇ ਲੱਤ ਨਹੀਂ ਲੱਗਣ ਦਿੰਦੀ। ਇੱਕ ਛੇੜੂ ਨੇ, ਜਿਸਦੀ ਮੱਝੀ ਨੂੰ ਬਾਲ ਸਿੰਘ ਦੀ ਮੱਝ ਮਾਰ ਰਹੀ ਸੀ, ਹੱਸਦੇ ਹੋਏ ਆਖਿਆ, ਤਾਂ ਕੀ ਹੋਇਆ, ਤੇਰੀ ਮਾਂ ਜੇ ਆਂਢਣਾਂ ਗੁਆਂਢਾਂ ਨਾਲ ਲੜਦੀ ਫਿਰੇ ਤਾਂ ਤੇਰੇ ਪਿਓ ਨੇ ਉਹਨੂੰ ਘਰੋਂ ਥੋੜ੍ਹਾ ਕੱਢ ਛੱਡਣਾ ਹੈ, ਬਾਲ ਸਿੰਘ ਨੇ ਜਵਾਬ ਦਿੱਤਾ। ਚਾਚੀ ਨੂੰ ਮੁੰਡਿਆਂ ਦੀਆਂ ਮਾਵਾਂ ਦਾ ਸੱਚੀ ਮੁੱਚੀ ਕੁਝ ਵਧੇਰੀ ਖਿਆਲ ਰਹਿੰਦਾ ਸੀ। ਤੁਹਾਡੇ ਘਰ ਰਾਤ ਨੂੰ ਚੂਹੀ ਚੂਹਾ ਲੜਦਾ ਹੈ, ਚਾਚੇ ਮੈਨੂੰ ਨਿੱਕੇ ਹੁੰਦੇ ਨੂੰ ਇੱਕ ਵਾਰੀ ਪੁੱਛਿਆ ਅਤੇ ਬਗੈਰ ਉਸਦੀ ਗੱਲ ਸਮਝਣ ਦੇ ਮੈਂ ਆਖ ਦਿੱਤਾ, ਹਾਂ ਬਹੁਤ ਲੜਦਾ ਹੈ। ਪਰ ਉਸ ਮੈਨੂੰ ਕੁੱਛੜ ਚੁੱਕ ਲਿਆ ਅਤੇ ਹਵੇਲੀ ਦੇ ਅੰਦਰ ਜਿੱਥੇ ਕੌੜੇ ਪਾਣੀ ਦੀ ਭੱਠੀ ਚੜ੍ਹੀ ਹੋਈ ਸੀ ਲੈ ਗਿਆ ਅਤੇ ਉੱਥੇ ਇੱਕ ਨਾਲ ਜਿਸਦਾ ਇੱਕ ਸਿਰਾ ਇੱਕ ਵੱਡੀ ਦੇਗ ਅਤੇ ਦੂਜਾ ਇੱਕ ਗੜਵੇ ਵਿੱਚ ਬੰਦ ਸੀ ਵੱਲ ਇਸ਼ਾਰਾ ਕਰਕੇ ਬੋਲਿਆ, ਲੈ ਕੰਨੂ ਐਸ ਨਾਲ ਅਤੇ ਬਸ ਚੋਆ ਚੋਲਾ ਪਾਣੀ ਕੱਤੀ ਆ, ਅਤੇ ਫਿਰ ਉਹ ਗੱਲ ਸੁਣਾਉਣ ਲੱਗ ਜਾਂਦਾ। ਮੈਂ ਅਤੇ ਤੇਰੀ ਚਾਚੀ ਇੱਕ ਵਾਰੀ ਚੱਲੇ ਮੱਸਿਆ ਅੰਮ੍ਰਿਤਸਰ ਦੀ, ਸਟੇਸ਼ਨ ਦੀ ਅਜੇ ਅੱਧ ਕੁ ਵਾਟ ਵੀ ਨਹੀਂ ਸਾਂ ਗਏ ਅਤੇ ਪੋਲਾ ਜਿਹਾ ਮੂੰਹ ਬਣਾ ਕੇ ਆਖਣ ਲੱਗੀ, ਲੈ ਆ ਜ਼ਰਾ ਮੁੰਡੇ ਅਤੇ ਫੜ, ਮੇਰੀ ਤਾਂ ਬਾਂਹ ਵੀ ਆਕੜ ਗਈ ਹੈ। ਮੈਂ ਆਖਿਆ, ਚੁੱਕੀ ਆਸੂ ਖਾਂ ਅਗਾਂਹ, ਮੈਂ ਤਾਂ ਨਹੀਂ ਸਾਂ ਨਾ ਜੰਮਿਆ ਇਹਨੂੰ। ਇਹ ਗੱਲ ਕਰਕੇ ਚਾਚਾ ਆਪੇ ਹੱਸ ਪਿਆ ਅਤੇ ਮੈਂ ਵੀ ਉਸਦੇ ਨਾਲ ਹੀ ਹੱਸਣ ਲੱਗ ਪਿਆ। ਵਿੱਚੋਂ ਤਾਂ ਇਹ ਸਾਹ ਪਈ ਸੀ, ਜੇ ਮੁੰਡੇ ਨੇ ਮੋਤਰਿਆ ਤਾਂ ਸਾਰੇ ਕੱਪੜੇ ਗਵੀਚ ਜਾਣਗੇ, ਹੋਰ ਬਾਂਹ 'ਤੇ ਕੀ ਥੱਕਣੀ ਸਾਂਸੂ। ਚਾਚੇ ਨੇ ਗੱਲ ਜੋੜਦਿਆਂ ਹੋਇਆ ਆਖਿਆ, ਸਟੇਸ਼ਨ 'ਤੇ ਅੱਪੜੇ ਅਤੇ ਮੈਂ ਆਖਿਆ ਵੀ ਤੂੰ ਵੀ ਮਰਦਾਵੀਂ ਗੱਡੀ 'ਚ ਹੀ ਬਹਿ ਜਾ, ਦੋਵੇਂ ਰਲ ਕੇ ਗੱਲਾਂ ਬਾਤਾਂ ਕਰਦੇ ਚੱਲਾਂਗੇ। ਨਹੀਂ ਆਖੇ, ਮੈਂ ਜਨਾਨੀ ਗੱਡੀ 'ਚ ਹੀ ਬਹਿਣਾ, ਮੈਨੂੰ ਬੰਦਿਆਂ ਕੋਲੋਂ ਸੌਂਘਾ ਆਉਂਦੀ ਹੈ। ਮੈਂ ਆਖਿਆ, ਚੰਗਾ, ਟਿਕਟਾਂ ਸਨ ਦੋਵੇਂ ਮੇਰੇ ਕੋਲ, ਜਾਂ ਮਛੀਕਿਆਂ ਦੇ ਸਟੇਸ਼ਨ ਜਾ ਕੇ ਮੈਂ ਬਾਹਰ ਧਿਆਨ ਮਾਰਿਆ ਅਤੇ ਉਹਨੂੰ ਟਿਕਟਾਂ ਵਾਲੀ ਮੇਮ ਵਿਹੜੀ ਫਿਰੇ, ਅੱਗੇ ਅੱਗੇ ਉਹ ਅਤੇ ਪਿੱਛੇ ਪਿੱਛੇ ਮੇਮ ਅਤੇ ਘੱਤੀ ਮੈਨੂੰ ਪਈਆਂ ਲੱਭਣ। ਮੇਮ 'ਤੇ ਆਖੇ, ਤੂੰ ਹਮਕੋ ਜਲਦੀ ਟਿਕਟ ਦਿਖਲਾਓ ਅਤੇ ਚਾਚੀ ਸੱਤਰੀ ਬੱਤਰੀ ਕਦੀ ਇੱਧਰ ਜਾਏ ਅਤੇ ਕਦੀ ਉੱਧਰ, ਮੇਰੇ ਖਾਨੇ ਕੋਲੋਂ ਲੰਘਣ ਲੱਗਣ ਤਾਂ ਮੈਂ ਵੀ ਜ਼ਰਾ ਗਿੱਚੀ ਲਫਾਂ ਛੱਡਾਂ। ਅਖੀਰ ਮੈਂ ਸੋਚਿਆ ਪਈ ਮੇਮਨੀ ਜੀ ਇਹਨੂੰ ਕਿਤੇ ਅਗਾਂਹ ਪਿਛਾਈ ਨਾ ਕਰ ਛੱਡੇ। ਹੇਠਾਂ ਉਤਰ ਕੇ ਮੈਂ ਟਿਕਟਾਂ ਵਿਖਾਈਆਂ ਅਤੇ ਵਿਚਾਰੀ ਦੀ ਖਲਾਸੀ ਹੋਈ। ਇਹ ਗੱਲ ਸੁਣਾ ਕਿ ਚਾਚਾ ਹੱਸਦਾ ਹੱਸਦਾ ਪਰਾਂ ਟੁਰ ਗਿਆ, ਇਹ ਵੇਖਣ 'ਤੇ ਕੋਈ ਪੁਲਸੀਆ ਹੀ ਨਾ ਫੜੇ। ਮੈਂ ਉਸੇ ਤਰ੍ਹਾਂ ਉਸ ਨਾਲ ਅਤੇ ਪਾਣੀ ਪਾਉਂਦਾ ਰਿਹਾ, ਜਿਸ ਵਿੱਚ ਭਾਵ ਠੰਡੀ ਹੋ ਕੇ ਸ਼ਰਾਬ ਦੇ ਖਤਰੇ ਬਣ ਰਹੀ ਸੀ। ਕਦੀ ਮਹੀਨੇ ਮੱਸਿਆਂ ਨੂੰ 4 ਬੋਤਲਾਂ ਕੱਢੀ ਦੀਆਂ ਨੇ ਅਤੇ ਉਹਦੇ ਲਈ ਵੀ ਪਏ ਕਮਾਦਾਂ ਵਿੱਚ ਲੁੱਕ ਲੱਗੇ ਭੱਠੀਆਂ ਬਣਾਈਆਂ। ਨਿਕਲੇਗੀ ਤਾਂ ਜੱਟ ਦੀ ਹਵੇਲੀ ਵਿੱਚ ਹੀ, ਉਂਝ ਭਾਵੇਂ ਕਿਸੇ ਦਿਨ ਉੜੰਗੀ ਜਾਈਏ, ਪਰ ਸਮਝ ਤਾਂ ਇਸ ਗੱਲ ਦੀ ਰਹੀ ਹੈ, ਆਉਣੇ ਪਈ ਸਰਕਾਰ ਨੂੰ ਪੀੜ ਖਾਧੀ ਹੈ। ਆਪੇ ਚੀਜ਼ ਬਣਾਉਣੀ ਅਤੇ ਆਪੇ ਪੀਣੀ ਤਾਂ ਫਿਰ ਐਵੇਂ ਹਲਕੇ ਹੋਏ ਹੋਏ ਭੱਜ ਭੱਜ ਕੇ ਹੱਥੀ ਪਏ ਪੈਂਦੇ ਨੇ। ਮੈਨੂੰ ਵੀ ਸਰਕਾਰ ਦੀ ਇਹ ਗੱਲ ਵਾਧੂ ਜਿਹੀ ਲੱਗੀ।
ਜਦ ਆਦਮੀ ਨੂੰ ਰੋਟੀਆਂ ਪਕਾ ਕੇ ਖਾਣ ਦੀ ਆਗਿਆ ਸੀ ਤਾਂ ਸ਼ਰਾਬ ਕੱਢ ਕੇ ਪੀਣ ਦੀ ਆਗਿਆ ਕਿਉਂ ਨਹੀਂ ਸੀ? ਮੈਂ ਗਿਆ ਸੋਰੀ, ਚਾਚੇ ਨੇ ਫਿਰ ਵੋਟੀ ਵਾਲੀ ਲੜੀ ਜੋੜਦਿਆਂ ਹੋਇਆ ਆਖਿਆ। ਉੱਥੇ ਭਲਵਾਨ ਇੱਕ ਪਰ ਚੰਗਾ ਫਿੱਟਿਆ ਹੋਇਆ ਅਤੇ ਹੱਥ ਡਾਢੀ ਚਾਈ ਹੋਈ ਉਸ ਨਾਲ। ਮੇਰਾ ਸਾਰਾ ਆਖੇ ਭਾਈ ਆ ਇਹਦੇ ਨਾਲ ਘੁਲ। ਮੈਂ ਆਖਿਆ ਲੈ ਭਾਈ ਕੱਢ ਸੁ। ਭਲਵਾਨ ਤਾਂ ਕਦੀ ਇੱਧਰ ਦਾ ਮਾਰੇ ਅਤੇ ਕਦੀ ਉੱਧਰ। ਮੈਂ ਦਿਲ ਵਿੱਚ ਆਖਿਆ ਭਈ ਆਹ ਪੀਰ ਚੁੱਪ ਸ਼ਾਹ ਹਨ ਅਤੇ ਆਵੇ ਸਹੁਰੇ ਘਰ, ਤਾਂਹੀਓ ਜੇ ਜਿਉਂ ਚੁੱਕਿਆ ਜੱਟ ਨੇ ਲੱਗੋ ਅਤੇ ਭਲਵਾਨ ਹੋਰੀ ਪਟੜੇ ਵਾਂਗ ਭੋਏ ਤੇ ਆ ਪਏ ਅਤੇ ਚਾਚੀ ਤੇਰੇ ਨੂੰ ਆਉਣ ਘਰ ਵਧਾਈਆਂ ਹੀ ਵਧਾਈਆਂ। ਚਾਚੇ ਨੇ ਹੱਸਦੇ ਹੱਸਦੇ ਗੜਵਾ ਹਿਲਾਇਆ ਅਤੇ ਭਰਿਆ ਭਰਿਆ ਜਾਪਿਆ। ਗੁੜ ਸੱਕ ਦੇ ਹਿਸਾਬ ਨਾਲ ਸ਼ਰਾਬ ਪੂਰੀ ਨਿਕਲ ਚੁੱਕੀ ਸੀ। ਚਾਚੇ ਨੇ ਨਾਲ ਗੜਵੇ ਨਾਲੋਂ ਨਖੇੜ ਦਿੱਤੀ, ਲੈ ਗੰਨੂ ਪਾਣੀ ਲਿਆ ਕੇ ਭੱਠੀ ਵਿੱਚੋਂ ਅੱਗ ਬੁਝਾ ਦੇ। ਮੇਰੇ ਜੰਮਣ ਵੇਲੇ ਮੇਰੇ ਚਾਚੇ ਨੇ ਮੇਰਾ ਨਾਂ ਕੁੰਦਨ ਸਿੰਘ ਨਿਯਤ ਕੀਤਾ ਸੀ, ਪਰ ਮੇਰੀ ਬੇਬੇ ਨੇ ਇਸ ਕੰਮ ਵਿੱਚ ਚਾਚੇ ਦਾ ਕੁਝ ਤਜ਼ਰਬਾ ਨਾ ਵੇਖ ਕੇ ਮੇਰਾ ਨਾਂ ਕੁਝ ਹੋਰ ਹੀ ਰੱਖ ਦਿੱਤਾ। ਚਾਚੇ ਨੂੰ ਇਸ ਗੱਲ ਦਾ ਜ਼ਰਾ ਫਿਕਰ ਨਹੀਂ ਸੀ, ਉਹ ਮੇਰਾ ਉਹੀ ਨਾਂ ਸੱਦਦਾ ਜੋ ਉਸਨੇ ਪਹਿਲੇ ਦਿਨੋਂ ਰੱਖਿਆ ਸੀ। ਅੱਗ ਬੁਝਾਉਣ ਦਾ ਕੰਮ ਮੈਨੂੰ ਦੇਖ ਕੇ ਚਾਚੇ ਨੇ ਵੱਡੀ ਦੇਗ ਚੁੱਕ ਕੇ ਨਾਲ ਦੇ ਛੱਪੜ ਵਿੱਚ ਰੋੜ ਦਿੱਤੀ ਅਤੇ ਖਾਲੀ ਦੇਗ ਲਿਜਾ ਕੇ ਜਵਾਰ ਵਿੱਚ ਲਗਾ ਦਿੱਤੀ। ਇਸ ਗੱਲ ਨੂੰ ਕਈ ਸਾਲ ਬੀਤ ਗਏ। ਨਾਲ ਦੇ ਪਿੰਡ ਕਾਂਗਰਸ ਦਾ ਜਲਸਾ ਹੋਣਾ ਸੀ, ਮੈਂ ਅਤੇ ਚਾਚੇ ਵੀ ਜਾਣ ਦੀ ਸਲਾਹ ਕੀਤੀ। ਰਾਹ ਵਿੱਚ ਇੱਕ ਹੋਰ ਪਿੰਡ ਦਾ ਜੱਟ ਜਿਹੜਾ ਸਾਡਾ ਪਹਿਲਾਂ ਜਾਣੂ ਨਹੀਂ ਸੀ ਮਿਲ ਪਿਆ ਅਤੇ ਚਾਚੇ ਨੂੰ ਪਹਿਲਾਂ ਉਸਨੇ ਫਤਿਹ ਬੁਲਾਈ, ਵਾਹ ਜੀਕੀ। ਚਾਚੇ ਨੇ ਫਤਿਹ ਪ੍ਰਤਾਈ, ਮਾਮਲਾ ਤਾਂ ਸਰਕਾਰ ਘੱਟ ਕਰਨ ਨੂੰ ਰਹੀ, ਪਰ ਇਹਨਾਂ ਕਾਂਗਰਸੀਆਂ ਸਾਨੂੰ ਰੱਤ ਪਾ ਲਈ ਹੈ। ਜਲਸੇ 'ਤੇ ਜਲਸਾ ਚਾੜੀ ਆਉਂਦੇ ਨੇ, ਰੋਜ਼ ਪੱਠੇ ਦੱਥੇ ਤੋਂ ਵੀ ਰਹੀਦਾ ਹੈ। ਉਸ ਜੱਟ ਨੇ ਜ਼ਰਾ ਖਿੱਚ ਕੇ ਆਖਿਆ, ਮਾਮਲਾ ਵੀ ਘੱਟ ਹੁੰਦਾ ਕੋਈ ਨਹੀਂ ਦਿਸਦਾ ਅਤੇ ਘਰਾਂ ਦੀ ਲੀਰ ਟਾਕੀ ਦਾ ਖਰਚ ਵੀ ਢੇਰ ਵੱਧ ਗਿਆ। ਮੈਂ ਤਾਂ ਨਾ ਇਹ ਖੱਦਰ ਪਾਉਣ ਵਾਲੀ ਗੱਲ ਚੰਗੀ ਹੈ ਜੇ ਜਨਾਨੀਆਂ ਮੰਨਣ 'ਤੇ। ਚਾਚੇ ਨੇ ਆਪਣੇ ਆਪ ਨੂੰ ਟੱਬਰਦਾਰ ਦੱਸਦੇ ਹੋਏ ਆਖਿਆ। ਮੈਨੂੰ ਉਸ ਦੀ ਇਸ ਗੱਲ 'ਤੇ ਕੋਈ ਹੈਰਾਨੀ ਨਾ ਹੋਈ, ਕਿਉਂ ਜੋ ਮੈਨੂੰ ਨਿੱਕੇ ਹੁੰਦੇ ਹੀ ਫਰਜ਼ੀ ਚਾਚੇ ਦੀਆਂ ਸਭ ਗੱਲਾਂ ਯਾਦ ਸਨ। ਸਾਰਾ ਦਿਨ ਅਸੀਂ ਉਸ ਜੱਟ ਦੇ ਨਾਲ ਫਿਰਦੇ ਰਹੇ ਅਤੇ ਆਉਣ ਲੱਗਿਆਂ ਉਸ ਘਰ ਵਾਸਤੇ ਚਵਾਨੀ ਦੀਆਂ ਰਿਉੜੀਆਂ ਲਈਆਂ। ਇੱਥੇ ਮੇਰੇ ਪੱਲੇ ਵੀ ਬੰਨੀ ਹੋਈ ਚਵਾਨੀ ਦੀਆਂ, ਐਵੇਂ ਯਾਣੇ ਰੋ ਰੋ ਮੋਢਿਆਂ 'ਤੇ ਪਏ ਚੜ੍ਹਦੇ ਨੇ, ਚਾਚੇ ਨੇ ਹੱਟੀ ਵਾਲੇ ਨੂੰ ਚਵਾਨੀ ਦਿੰਦੇ ਹੋਏ ਕਿਹਾ। ਗੱਲਾਂ ਬਾਤਾਂ ਕਰਦੇ ਘਰ ਆ ਰਹੇ ਸਾਂ ਕਿ ਮਗਰੋਂ ਜਾਂਬੂ ਰਲ ਪਿਆ, ਬਾਲਸਿਆ ਤੇਰਾ ਨਾ ਰੰਨ ਨਾ ਕੰਨ ਅਤੇ ਰਿਉੜੀਆਂ ਕਿਹਦੇ ਲਈ ਬੰਨੀ ਜਾਂਦਾ ਹੈ? ਜੈਂਬੂ ਨੇ ਤਾਂ ਨਾ ਮਾਰਿਆ, ਚਾਚੇ ਨੂੰ ਮਾਨੋ ਕਿਸੇ ਨੇ ਛੁਰੀ ਮਾਰ ਦਿੱਤੀ। ਉਸ ਪਿਛਾਂ ਭੌਂ ਕੇ ਜ਼ੋਰ ਦੀ ਚਪੇੜ ਜੈਂਬੂ ਨੂੰ ਮਾਰੀ। ਜੈਂਬੂ ਦੇ ਹੱਥ ਵਿੱਚ ਡਾਂਗ ਸੀ, ਉਸ ਚਾਚੇ ਦੀਆਂ ਮੋਹਰਾਂ 'ਤੇ ਟਿਕਾ ਦਿੱਤੀ। ਮੈਂ ਥੁਰਿਆ ਨਾ ਗਿਆ, ਉਗਰ ਉਗਰ ਕੇ ਦੋ ਡਾਂਗ ਜੈਂਬੂ ਨੂੰ ਮਾਰੀਆਂ ਅਤੇ ਜੈਂਬੂ ਹੇਠਾਂ ਡਿੱਗ ਪਿਆ। ਚਾਚੇ ਨੇ ਵੀ ਇੱਕ ਦੋ ਮਾਰੀਆਂ ਅਤੇ ਅਸੀਂ ਭੱਜ ਗਏ। ਮੈਂ ਰਾਤੋਂ ਰਾਤ ਭੱਜ ਕੇ ਫੌਜ ਵਿੱਚ ਭਰਤੀ ਹੋ ਗਿਆ ਅਤੇ ਚਾਚੇ ਨੇ ਥਾਣੇਦਾਰ ਨੂੰ ਸੂਹਾਂ ਚੁੰਘਾਉਣ ਲਈ ਮੱਝ ਦੇ ਕੇ ਖਲਾਸੀ ਕਰਾਈ। 3-4 ਵਰ੍ਹਿਆਂ ਵਿੱਚੋਂ ਮੈਂ ਕਈ ਕਵੈਦਾਂ ਪਰੇਡਾਂ ਕਰਕੇ ਅਤੇ ਕਈ ਲਾਮਾਂ ਲੜ ਕੇ ਛੁੱਟੀ ਘਰ ਆਇਆ। ਚਾਚਾ ਬਹੁਤ ਬਿਮਾਰ ਸੀ, ਬੂਹੇ ਵਿੱਚ ਖਲੋਤੇ ਹਕੀਮ ਨੂੰ ਮੈਂ ਚਾਚੇ ਦਾ ਹਾਲ ਪੁੱਛਿਆ। ਉਹ ਸਲਾਹ ਦਿੱਤੀ ਜੋ ਮੈਂ ਅੰਦਰ ਨਾ ਜਾਵਾਂ, ਜੇ ਆਸੇ ਦਾ ਨਿੱਕਾ ਸ਼ੋਰੇ ਤਾਂ ਅੰਦਰ ਲੰਘ ਆਉਣ ਦਿਓ ਸੋ ਪੰਡਿਤ ਜੀ, ਚਾਚੇ ਨੇ ਹੌਲੀ ਜਿਹੀ ਆਖਿਆ। ਅੰਦਰ ਜਾ ਕੇ ਮੈਂ ਚਾਚੇ ਨੂੰ ਹਾਲ ਚਾਲ ਪੁੱਛਿਆ। ਕਮਜ਼ੋਰੀ ਡਾਢੀ ਹੋ ਗਈ ਅਤੇ ਢਿੱਡ ਵਿੱਚ ਪੀੜ ਵੀ ਟਾਰੇ, ਕਾਈ ਵਿਸਕ ਨਹੀਂ ਲਿਆਂਦੀ ਫੌਜ ਵਿੱਚੋਂ? ਇਹਨਾਂ ਭੱਠੀਆਂ ਦੀਆਂ ਤੱਤੀਆਂ ਨੇ ਅਤੇ ਬੀਚ ਆ ਛੱਡਿਆ ਮੇਰਾ। ਮੈਂ ਸੱਚੀ ਮੁੱਚੀ ਵਿਸਕੀ ਲਿਆਂਦੀ ਹੋਈ ਸੀ, ਕੱਲ ਵਿੱਚ ਪਾ ਕੇ ਬਿਨਾਂ ਪਾਣੀਓ ਮੈਂ ਚਾਚੇ ਨੂੰ ਦਿੱਤੀ ਅਤੇ ਉਹ ਡੱਕ ਡੱਕ ਕਰਦਾ ਪੀ ਗਿਆ। ਮੁੱਛਾਂ ਵਿੱਚੋਂ ਉਹ ਪੁਰਾਣੀ ਖੁਸ਼ਬੂ ਆਉਣ ਲੱਗ ਪਈ ਅਤੇ ਅੱਖਾਂ ਵਿੱਚ ਉਹ ਜਵਾਨੀ। ਉਹ ਉੱਠ ਕੇ ਬਹਿ ਗਿਆ। ਤੂੰ ਮੇਰਾ ਪੁੱਤਰ ਏ ਕੰਨੂ, ਚਾਚੇ ਨੇ ਮੇਰੇ ਵੱਲ ਪਿਆਰ ਭਰੀ ਨਜ਼ਰ ਕਰਕੇ ਆਖਿਆ। ਆਹੋ ਚਾਚਾ, ਮੇਰੇ ਮੂੰਹੋਂ ਨਿਕਲ ਗਿਆ, ਕਈ ਚਾਚੀ ਤਾਂ ਫੜੀ ਆਵੀਆਂ ਮੇਰੇ ਲਈ ਉੱਥੋਂ, ਧੱਕੋ ਧੱਕੀ ਗੱਡੀ ਵੀ ਸੁੱਟ ਲਿਆਉਂਦੋ, ਫੌਜੀਆਂ ਨੂੰ ਕੌਣ ਪੁੱਛਦਾ ਹੈ? ਹੁਣ ਆਇਆ ਤੇ ਲਿਆਵਾਂਗਾ ਚਾਚਾ, ਆਖੀ ਹਮ ਤੁਮਕੋ ਉੱਥੇ ਬਾਰ ਮੇਂ ਬਹੁਤ ਆਰਾਮ ਦੇਵੇਗਾ। ਧੰਨਵਾਦ।